हेलो दोस्तों, स्वागत है तुहाडा इस चैनल ते। ते आज फिर ते एक बहुत ही जरूरी वीडियो लेके हाजिर हुए हैं। ये वीडियो PSSSB दे वल्लों एक नोटिफिकेशन रिलीज की थी सी एक्साइज एंड टैक्सेशन इंस्पेक्टर दे रिगार्डिंग। ये पोस्ट रहेगी ते इस वीडियो दे विच आपां तुहाडे नाल डिस्कस करन जा रहे हां। दसांगे हाउ टू फिल दिस फॉर्म, आपां एक्साइज एंड टैक्सेशन इंस्पेक्टर दा फॉर्म किवें फिल कर सकते हैं। स्टेप बाय स्टेप तुहानू सारी डिटेल इस वीडियो दे विच दसी जाएगी। कोई भी स्टेप मिस नहीं करना, ये वीडियो नू एंड तक देखना ता जो अपने तुसी घर बैठ के अपने लैपटॉप दे थ्रू, पीसी दे थ्रू, मोबाइल दे थ्रू ये फॉर्म फिल कर सको। तुसी PSSSB दी वेबसाइट ते जाना है। स्टार्टिंग तो सारी तुहानू इस वीडियो ਦੇ ਵਿੱਚ ਪ੍ਰੋਸੈਸ ਦੱਸਾਂਗੇ ਕਿਵੇਂ ਕਰ ਸਕਦੇ ਹੋ। ਆਪਣੇ ਫੋਨ ਦਾ ਲੈਪਟਾਪ ਦਾ ਬ੍ਰਾਊਜ਼ਰ ਓਪਨ ਕਰ ਲੈਣਾ, ਉਹਦੇ ਵਿੱਚ PSSSB ਫਿਲ ਕਰੋਗੇ। ਇਸ ਤੋਂ ਬਾਅਦ ਸਭ ਤੋਂ ਪਹਿਲੀ ਜਿਹੜੀ ਵੈਬਸਾਈਟ ਹੋਵੇਗੀ ਉਸ ਤੇ ਕਲਿੱਕ ਕਰੋਗੇ। ਕਲਿੱਕ ਕਰਨ ਤੋਂ ਬਾਅਦ ਇਸ ਤਰ੍ਹਾਂ ਦਾ ਆਪਣੀ ਕੋਲ ਇੰਟਰਫੇਸ ਆਵੇਗਾ। ਇਹਦੇ ਵਿੱਚ ਆਨਲਾਈਨ ਐਪਲੀਕੇਸ਼ਨ ਤੇ ਕਲਿੱਕ ਕਰਨਾ ਹੈ। ਕਲਿੱਕ ਕਰਨ ਤੋਂ ਬਾਅਦ ਆਪਣੇ ਕੋਲ ਇਸ ਤਰ੍ਹਾਂ ਦਾ ਇੰਟਰਫੇਸ ਓਪਨ ਹੋ ਜਾਵੇਗਾ। ਇਹਦੇ ਵਿੱਚ ਦੇਖ ਸਕਦੇ ਹੋ 23/5/2022 ਨੂੰ ਇੱਕ ਨੋਟੀਫਿਕੇਸ਼ਨ ਸੀਗੀ ਜਿਹਦੇ ਵਿੱਚ ਐਕਸਾਈਜ਼ ਐਂਡ ਟੈਕਸੇਸ਼ਨ ਇੰਸਪੈਕਟਰ ਦੀਆਂ ਪੋਸਟਾਂ ਨੇ ਤੇ ਉਹਦਾ ਫਾਰਮ ਤੁਸੀਂ ਅਪਲਾਈ ਕਰ ਸਕਦੇ ਹੋ। ਇੱਥੇ ਨਿਊ ਦਾ ਆਪਸ਼ਨ ਹੈ, ਤੁਹਾਨੂੰ ਨਿਊ ਤੇ ਕਲਿੱਕ ਕਰ ਦੇਣਾ ਹੈ। ਇਸ ਤੋਂ ਬਾਅਦ ਆਪਣੇ ਕੋਲ ਇੱਕ ਨਵਾਂ ਇੰਟਰਫੇਸ ਓਪਨ ਹੋਵੇਗਾ ਇਸ ਤਰ੍ਹਾਂ ਦਾ। ਤੇ ਇਹਦੇ ਵਿੱਚ ਜੇਕਰ ਤੁਸੀਂ ਪਹਿਲਾਂ ਤੋਂ ਹੀ ਰਜਿਸਟਰ ਕਰ ਚੁੱਕੇ ਹੋ ਆਪਣੇ ਆਪ ਨੂੰ, ਤਾਂ ਇੱਥੇ ਯੂਜ਼ਰ ਆਈਡੀ ਐਂਡ ਪਾਸਵਰਡ ਫਿਲ ਕਰਕੇ ਕੈਪਚਾ ਫਿਲ ਕਰਕੇ ਤੁਸੀਂ ਲੌਗਇਨ ਕਰ ਸਕਦੇ ਹੋ। ਜੇਕਰ ਤੁਸੀਂ ਨਹੀਂ ਕੀਤਾ ਤਾਂ ਤੁਸੀਂ ਨਿਊ ਕੈਂਡੀਡੇਟ ਰਜਿਸਟਰ ਤੇ ਕਲਿੱਕ ਕਰ ਦੇਣਾ ਹੈ। ਇਸ ਤੇ ਕਲਿੱਕ ਕਰਨ ਤੋਂ ਬਾਅਦ ਆਪਣੇ ਕੋਲ ਇਸ ਤਰ੍ਹਾਂ ਦਾ ਇੰਟਰਫੇਸ ਆਵੇਗਾ। ਇਹਦੇ ਵਿੱਚ ਪ੍ਰੋਪਰ ਡਿਟੇਲ ਤੁਹਾਨੂੰ ਦੱਸੀ ਹੋਈ ਹੈ। 3 ਸਟੈਪਸ ਤੇ ਤੁਸੀਂ ਇਹ ਪੋਸਟ ਅਪਲਾਈ ਕਰ ਸਕਦੇ ਹੋ। ਫਰਸਟ ਸਟੈਪ ਤੁਸੀਂ ਐਪਲੀਕੇਸ਼ਨ ਫਾਰਮ ਫਿਲ ਕਰੋਗੇ। ਸੈਕੰਡ ਸਟੈਪ ਹੈ ਜਿਹੜਾ ਤੁਸੀਂ ਪੇ ਕਰੋਗੇ ਆਨਲਾਈਨ ਫੀਸ ਕਿਸੇ ਵੀ ਬੈਂਕ ਚਲਾਨ ਦੇ ਥਰੂ ਕਲੈਕਟ ਕਰ ਸਕਦੇ ਹੋ। ਉਸ ਤੋਂ ਬਾਅਦ ਪੇਮੈਂਟ ਮੋਡ ਰਹੇਗਾ। ਇਸ ਤੋਂ ਬਾਅਦ ਡਾਊਨਲੋਡ ਤੁਸੀਂ ਕਰਨਾ ਹੈ, ਨੋਲੇਜ ਕਾਪੀ ਜੋ ਵੀ ਰਹੇਗਾ ਸਕਸੈਸਫੁਲੀ ਸਬਮਿਟ ਕਰ ਦੇਣਾ ਹੈ ਫਾਰਮ। ਸਾਰੇ ਸਟੈਪ ਇਹਦੇ ਵਿੱਚ ਦੱਸੇ ਹੋਏ ਆ। ਉਸ ਤੋਂ ਬਾਅਦ ਮੋਸਟ ਇੰਪੋਰਟੈਂਟ ਤੁਹਾਨੂੰ ਦੱਸ ਦਈਏ ਕਿ ਇਹਦੇ ਵਿੱਚ ਜਿਹੜੀ ਸਾਈਜ਼ ਰਹੇਗਾ ਫੋਟੋਗ੍ਰਾਫ ਸਕੈਨ ਜਿਹੜੀ ਫੋਟੋਗ੍ਰਾਫ ਦਾ 100 KB ਤੋਂ ਅਬਵ ਨਹੀਂ ਚੱਲੇਗਾ, ਲੈਸ ਦੈਨ 100 KB। ਫਾਈਲ ਜਿਹੜੀ ਸਾਈਜ਼ ਆਫ ਫਾਈਲ ਮਸਟ ਬੀ ਲੈਸ ਦੈਨ 100 KB ਤੋਂ ਨੀਚੇ ਚਾਹੀਦੀ ਆ। ਉਸ ਤੋਂ ਸਕੈਨ ਸਿਗਨੇਚਰ ਤੁਸੀਂ ਦੱਸ ਦੇਵਾਂ ਤੁਹਾਨੂੰ, ਇਹ 50 KB ਤੋਂ ਅਬਵ ਨਹੀਂ ਤੁਸੀਂ ਅਪਲੋਡ ਕਰ ਸਕਦੇ। ਜੋ ਦੋ ਚੀਜ਼ਾਂ ਦਾ ਧਿਆਨ ਰੱਖਣਾ, 100 KB ਫੋਟੋ ਹੋਣੀ ਚਾਹੀਦੀ ਹੈ ਫੋਟੋਗ੍ਰਾਫ ਐਂਡ 50 KB ਤੱਕ ਸਾਈਨ ਹੋਣੀ ਚਾਹੀਦੀ ਹੈ। ਇਸ ਤੋਂ ਬਾਅਦ ਐਪਲੀਕੇਸ਼ਨ ਫਾਰਮ ਦੀ ਗੱਲ ਕਰੀਏ। ਐਪਲੀਕੇਸ਼ਨ ਫਾਰਮ ਫੀਸ ਕਿੰਨੀ ਰਹੇਗੀ? ਕੈਟਾਗਰੀ ਵਾਈਜ਼ ਜਿਵੇਂ ਜਨਰਲ ਕੈਟਾਗਰੀ ਨੂੰ ₹1000 ਪੇ ਕਰਨੀ ਪਵੇਗੀ, BC SC EWS ਨੂੰ ₹250 ਫੀਸ ਪੇ ਕਰਨੇ ਪੈਣਗੇ। ਉਹ ਤਾਂ ਫਿਜ਼ੀਕਲੀ ਹੈਂਡੀਕੈਪ ਨੂੰ ₹500 ਪੇ ਕਰਨਾ ਪਵੇਗਾ। ਇਸ ਫਾਰਮ ਦੇ ਲਈ ਫੀਸ ਹੋਵੇਗੀ, ਐਕਸ ਸਰਵਿਸ ਮੈਨ ਜਿਹੜਾ ਰਹੇਗਾ ₹200 ਫੀਸ ਪੇ ਕਰੇਗਾ। ਫਰੀਡਮ ਫਾਈਟਰ ਜਿਹੜਾ ₹1000 ਫੀਸ ਪੇ ਕਰੇਗਾ। ਸਪੋਰਟਸ ਕੈਟਾਗਰੀ ਦੇ ਸਟੂਡੈਂਟ ਜਿਹੜੇ ₹1000 ਫੀਸ ਪੇ ਕਰਨਗੇ। ਇਸ ਤੋਂ ਬਾਅਦ ਆਪਣੇ ਕੋਲ ਟਿਕ ਬਟਨ ਹੈ, ਇੰਸਟਰਕਸ਼ਨ ਤੁਸੀਂ ਰੀਡ ਕਰ ਚੁੱਕੀਆਂ ਹੈ। ਇੱਥੇ ਕਲਿੱਕ ਕਰਕੇ ਕਲਿੱਕ ਹੇਅਰ ਟੂ ਪ੍ਰੋਸੀਡ ਤੇ ਓਕੇ ਕਰ ਦੇਣਾ ਹੈ। ਇਸ ਤੋਂ ਬਾਅਦ ਇਸ ਤਰ੍ਹਾਂ ਦਾ ਆਪਣੇ ਕੋਲ ਇੰਟਰਫੇਸ ਆਵੇਗਾ। ਇੱਥੇ ਕੈਂਡੀਡੇਟ ਦਾ ਨੇਮ, ਜੋ ਵੀ ਕੈਂਡੀਡੇਟ ਦਾ ਨੇਮ ਰਹੇਗਾ ਇਹਦੇ ਵਿੱਚ ਫਿਲ ਕਰ ਦੇਣਾ ਹੈ। ਉਸ ਤੋਂ ਬਾਅਦ ਜੀਮੇਲ, ਜੋ ਵੀ ਤੁਹਾਡੀ ਜੀਮੇਲ ਰਹੇਗੀ ਇਹਦੇ ਵਿੱਚ ਫਿਲ ਕਰ ਦੇਣਾ ਹੈ। ਜੀਮੇਲ ਫਿਲ ਕਰਨ ਤੋਂ ਬਾਅਦ ਤੁਸੀਂ ਇੱਥੇ ਮੋਬਾਈਲ ਨੰਬਰ, ਜੋ ਵੀ ਤੁਹਾਡਾ ਮੋਬਾਈਲ ਨੰਬਰ ਰਹੇਗਾ ਇਹਦੇ ਵਿੱਚ ਮੋਬਾਈਲ ਨੰਬਰ ਤੁਸੀਂ ਫਿਲ ਕਰ ਦੇਣਾ ਹੈ, ਜੋ ਵੀ ਤੁਹਾਡਾ ਮੋਬਾਈਲ ਨੰਬਰ ਰਹੇਗਾ। ਇਸ ਤੋਂ ਬਾਅਦ ਤੁਸੀਂ ਜਿਹੜਾ ਪਾਸਵਰਡ ਜਨਰੇਟ ਕਰਨਾ ਚਾਹੁੰਦੇ ਹੋ, ਤੁਹਾਨੂੰ ਵਧੀਆ ਲੱਗਦਾ ਹੈ ਉਹ ਤੁਸੀਂ ਫਿਲ ਕਰ ਲਿਓ, ਕਿਉਂਕਿ ਇੱਕ ਵਧੀਆ ਸਟਰੋਂਗ ਤੁਸੀਂ ਪਾਸਵਰਡ ਇੱਥੇ ਕ੍ਰੀਏਟ ਕਰ ਸਕਦੇ ਹੋ। ਉਸ ਤੋਂ ਬਾਅਦ ਰੀਐਂਟਰ ਕਰ ਦੇਣਾ ਹੈ ਆਪਣਾ ਜੋ ਵੀ ਪਾਸਵਰਡ ਰਹੇਗਾ। ਇਸ ਤੋਂ ਬਾਅਦ ਇਹ ਕੈਪਚਾ ਤੁਹਾਨੂੰ ਸ਼ੋਅ ਰਿਹਾ, ਕੈਪਚਾ ਇੱਥੇ ਫਿਲ ਕਰ ਦੇਣਾ ਹੈ। ਕੈਪਚਾ ਫਿਲ ਕਰਨ ਤੋਂ ਬਾਅਦ ਰਜਿਸਟਰ ਤੇ ਤੁਸੀਂ ਕਲਿੱਕ ਕਰ ਦੇਣਾ ਹੈ। ਕੈਪਚਾ ਫਿਲ ਕਰਨ ਤੋਂ ਬਾਅਦ ਇੱਥੇ ਜਿਹੜਾ ਆਪਸ਼ਨ ਹੈ ਟਿਕ ਬਟਨ ਦਾ, ਟਿਕ ਬਟਨ ਦੀ ਕਲਿੱਕ ਕਰ ਦੇਣਾ ਹੈ। ਇਸ ਤੋਂ ਬਾਅਦ ਰਜਿਸਟਰ ਕਰ ਦੇਣਾ ਹੈ। ਇਸ ਤਰ੍ਹਾਂ ਪੁੱਛਣਗੇ ਤੁਸੀਂ ਕੰਟੀਨਿਊ ਕਰਨਾ ਚਾਹੁੰਦੇ ਹੋ, ਤੁਸੀਂ ਯੈਸ ਕਰ ਦਿਓ। ਇਸ ਤੋਂ ਬਾਅਦ ਆਪਣੇ ਕੋਲ ਇਸ ਤਰ੍ਹਾਂ ਦਾ ਇੰਟਰਫੇਸ ਆਵੇਗਾ ਜਿਹਦੇ ਵਿੱਚ ਤੁਹਾਨੂੰ ਲਿਖਿਆ ਹੋਇਆ ਕਿ ਤੁਹਾਡੀ ਯੂਜ਼ਰ ਆਈਡੀ ਕ੍ਰੀਏਟ ਹੋ ਚੁੱਕੀ ਹੈ, ਸਕਸੈਸਫੁਲੀ ਹੈ। ਤੁਹਾਨੂੰ ਰਜਿਸਟ੍ਰੇਸ਼ਨ ਨੰਬਰ ਹੈ ਜੋ ਵੀ ਰਹੇਗਾ ਤੁਸੀਂ ਸੇਵ ਕਰ ਲੈਣਾ। ਇਸ ਨੰਬਰ ਤੇ ਤੁਹਾਨੂੰ ਮੈਸੇਜ ਦੇ ਥਰੂ ਪਤਾ ਲੱਗ ਜਾਵੇਗਾ। ਆਨਲਾਈਨ ਐਪਲੀਕੇਸ਼ਨ ਕੰਪਲੀਟ ਕਰ ਸਕਦੇ ਹੋ, ਐਪਲੀਕੇਸ਼ਨ ਨੰਬਰ ਤੁਹਾਨੂੰ ਮਿਲ ਚੁੱਕਿਆ ਹੈ ਤੇ ਇੱਥੇ ਤੁਸੀਂ ਕਲਿੱਕ ਹੇਅਰ ਟੂ ਸੈਂਡ ਦਾ ਸੇਮ ਡਿਟੇਲ ਟੂ ਦਾ ਜੀਮੇਲ, ਤੁਸੀਂ ਇੱਥੇ ਕਲਿੱਕ ਕਰ ਦੇਣਾ ਹੈ। ਕਰਨਾ ਚਾਹੁੰਦੇ ਹੋ ਤਾਂ ਕਾਪੀ ਕਰ ਦੇਣਾ ਹੈ। ਇਸ ਤੋਂ ਕੰਟੀਨਿਊ ਤੁਸੀਂ ਕਰ ਸਕਦੇ ਹੋ, ਕੰਟੀਨਿਊ ਟੂ ਲੌਗਇਨ, ਕੰਟੀਨਿਊ ਲੌਗਇਨ ਤੇ ਕਲਿੱਕ ਕਰ ਦੇਣਾ ਹੈ। ਇਸ ਤੋਂ ਬਾਅਦ ਆਪਾਂ ਲੌਗਇਨ ਕਰਾਂਗੇ। ਲੌਗਇਨ ਕਰਨ ਤੋਂ ਬਾਅਦ ਆਪਣੇ ਕੋਲ ਇਸ ਤਰ੍ਹਾਂ ਦਾ ਆ ਜਾਵੇਗਾ। ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਮੇਰਾ ਜਿਹੜਾ ਪਹਿਲਾਂ ਤੋਂ ਹੀ ਫਿਲ ਹੋਣਾ, ਉਸ ਤੋਂ ਬਾਅਦ ਤੁਸੀਂ ਇੱਥੇ ਕੈਪਚਾ ਫਿਲ ਕਰਕੇ ਤੁਸੀਂ ਲੌਗਇਨ ਕਰ ਦੇਣਾ ਹੈ।
ਇਸ ਤੋਂ ਬਾਅਦ ਆਪਣੇ ਕੋਲ ਇਸ ਤਰ੍ਹਾਂ ਦਾ ਇੰਟਰਫੇਸ ਓਪਨ ਹੋ ਜਾਵੇਗਾ, ਦੇਖ ਸਕਦੇ ਹੋ। ਇਹਦੇ ਵਿੱਚ ਸਟੈਪ 1 ਜਿਹੜਾ ਆਪਣਾ ਕੰਪਲੀਟ ਹੋ ਗਿਆ ਹੈ। ਯੂ ਕੈਨ ਸੇਵ ਐਂਡ ਐਡਿਟ ਦਾ ਐਪਲੀਕੇਸ਼ਨ ਫਾਰਮ ਅੰਟਿਲ ਫਾਈਨਲ ਸਬਮਿਸ਼ਨ ਤੱਕ ਤੁਸੀਂ ਚੇਂਜ ਕਰ ਸਕਦੇ ਹੋ। ਜੇਕਰ ਤੁਸੀਂ ਸਬਮਿਟ ਕਰ ਦਿੱਤਾ, ਇਸ ਤੋਂ ਬਾਅਦ ਤੁਸੀਂ ਐਡਿਟ ਨਹੀਂ ਕਰ ਸਕਦੇ। ਇਸ ਤੋਂ ਬਾਅਦ ਪੇਮੈਂਟ ਦਾ ਆਪਸ਼ਨ ਹੋਵੇਗਾ, ਆਪਾਂ ਸੈਕਿੰਡ ਸਟੈਪ ਆ ਪੇਮੈਂਟ ਦਾ, ਤਾਂ ਪੇਮੈਂਟ ਕਰਾਂਗੇ। ਇਸ ਤੋਂ ਬਾਅਦ ਬਾਕੀ ਦੇ ਸਟੈਪ ਰਹਿਣ ਵਾਲੇ ਨੇ। ਇਹਦੇ ਵਿੱਚ ਦੇਖ ਸਕਦੇ ਹੋ ਆਪਾਂ ਨੂੰ ਪ੍ਰੋਪਰ ਸਾਈਜ਼ ਦਿੱਤਾ ਹੋਇਆ, ਤੁਸੀਂ ਪਾਸਪੋਰਟ ਸਾਈਜ਼ ਐਂਡ ਅਪਲੋਡ ਕਰਨੀ ਆ, ਸਾਈਨ ਅਪਲੋਡ ਕਰਨੇ ਨੇ। ਉਸ ਤੋਂ ਬਾਅਦ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਹਾਂ, ਐਪਲੀਕੇਸ਼ਨ ਫਾਰਮ ਫੀਸ ਹੈ ਜੀ ਨੋਨ ਰਿਫੰਡੇਬਲ ਰਹੇਗੀ, ਤੁਹਾਨੂੰ ਵਾਪਸ ਨਹੀਂ ਹੋਣੀ ਜੇਕਰ ਤੁਸੀਂ ਇੱਕ ਵਾਰੀ ਪੇ ਕਰਦੇ ਹੋ। ਇਸ ਤੋਂ ਬਾਅਦ ਤੁਸੀਂ ਐਪਲੀਕੇਸ਼ਨ ਫਾਰਮ ਤੇ ਜਾਣਾ ਹੈ, ਡਾਊਨਲੋਡ ਕਰਨਾ ਹੈ। ਇਸ ਤਰ੍ਹਾਂ ਸਾਰੀਆਂ ਇੰਸਟਰਕਸ਼ਨ ਤੁਸੀਂ ਰੀਡ ਕਰਨਾ ਚਾਹੁੰਦੇ ਹੋ ਇੱਥੇ ਕਰ ਸਕਦੇ ਹੋ, ਐਪਲੀਕੇਸ਼ਨ ਦੇਖਣਾ ਚਾਹੁੰਦੇ ਤਾਂ ਇੱਥੇ ਦੇਖ ਸਕਦੇ ਹੋ। ਇਸ ਤੋਂ ਬਾਅਦ ਐਪਲੀਕੇਸ਼ਨ ਆਪਸ਼ਨ ਹੈ, ਉਸ ਵਿੱਚ ਬੇਸਿਕ ਇਨਫੋਰਮੇਸ਼ਨ ਤੇ ਕਲਿੱਕ ਕਰਦੇ ਹਾਂ। ਆਪਾਂ ਬੇਸਿਕ ਇਨਫੋਰਮੇਸ਼ਨ ਜੋ ਵੀ ਰਹੇਗੀ ਉਹਦੇ ਵੱਲ ਨਜ਼ਰ ਮਾਰਦੇ ਹਾਂ। ਉਸ ਤੋਂ ਬਾਅਦ ਆਪਣੇ ਕੋਲ ਬੇਸਿਕ ਇਨਫੋਰਮੇਸ਼ਨ ਜਿਹੜੀ ਫਿਲ ਕਰਨੀ ਹੈ, ਪਾਸਪੋਰਟ ਸਾਈਜ਼ ਫੋਟੋ ਅਪਲੋਡ ਕਰਨੀ ਹੈ, ਸਾਈਨ ਅਪਲੋਡ ਕਰਨੀ ਹੈ। ਸਾਰੇ ਫਾਰਮ ਨੂੰ ਆਪਾਂ 1 by 1 ਕਰਕੇ ਡਿਸਕਸ ਕਰਦੇ ਜਾਵਾਂਗੇ, ਸਟੈਪ ਬਾਈ ਸਟੈਪ। ਜਿਵੇਂ ਇੱਥੇ ਆਪਾਂ ਫਾਦਰ ਨੇਮ ਫਿਲ ਕਰਨਾ ਹੈ, ਉਹ ਤੋਂ ਮਦਰ ਨੇਮ ਜੋ ਵੀ ਤੁਹਾਡੇ ਮਦਰ ਦਾ ਨੇਮ ਰਹੇਗਾ ਇਹਦੇ ਵਿੱਚ ਫਿਲ ਕਰ ਦੇਣਾ ਹੈ। ਬਹੁਤ ਕੇਅਰਫੁਲੀ ਤਰੀਕੇ ਦੇ ਨਾਲ ਤੁਸੀਂ ਇਹ ਫਾਰਮ ਫਿਲ ਕਰੋਗੇ। ਇਸ ਤੋਂ ਬਾਅਦ ਕੈਟਾਗਰੀ ਜੋ ਵੀ ਤੁਹਾਡੀ ਕੈਟਾਗਰੀ ਰਹੇਗੀ, ਜਿਵੇਂ ਮੈਂ ਇੱਥੇ ਜਨਰਲ ਕੈਟਾਗਰੀ ਫਿਲ ਕਰਾਂਗਾ। ਇਸ ਤੋਂ ਬਾਅਦ ਡੇਟ ਆਫ ਬਰਥ ਜਿੰਨੀ ਤੁਹਾਡੀ ਰਹਿਣ ਵਾਲੀ ਹੈ, ਇਹਦੇ ਵਿੱਚ ਤੁਸੀਂ ਕੈਲੰਡਰ ਦੇ ਥਰੂ ਫਿਲ ਕਰਿਓ, ਕਿਉਂਕਿ ਬਹੁਤ ਸਾਰੇ ਸਟੂਡੈਂਟ ਗਲਤੀਆਂ ਕਰ ਬੈਂਦੇ ਨੇ ਜਦੋਂ ਇਹ ਫਾਰਮ ਫਿਲ ਕਰਦੇ ਆ। ਇੱਥੇ ਤੁਸੀਂ ਦੇਖ ਸਕਦੇ ਹੋ ਮੈਂ ਫਿਲ ਕਰ ਚੁੱਕੇ ਹਾਂ, ਇੱਥੇ ਪ੍ਰੋਪਰ ਤੁਹਾਡੀ ਏਜ ਆ ਚੁੱਕੀ ਹੈ, ਤੁਸੀਂ ਇਹਨੂੰ ਤਾਂ ਨਹੀਂ ਐਡਿਟ ਕਰ ਸਕਦੇ। ਉਸ ਤੋਂ ਬਾਅਦ ਜੈਂਡਰ ਤੁਹਾਡਾ ਰਹੇਗਾ ਮੇਲ ਫੀਮੇਲ, ਜੋ ਵੀ ਤੁਹਾਡਾ ਰਹੇਗਾ ਇੱਥੇ ਕਲਿੱਕ ਕਰ ਦੇਣਾ ਹੈ ਮੇਲ ਤੇ। ਜੇਕਰ ਮੇਲ ਹੋ ਤੁਹਾਡਾ ਮੈਰਿਡ ਸਟੇਟਸ ਕੀ ਹੈ, ਮੈਰਿਡ ਹੋ ਅਨਮੈਰਿਡ ਹੋ, ਜਿਸ ਤਰ੍ਹਾਂ ਵੀ ਤੁਹਾਡਾ ਸਟੇਟਸ ਰਹੇਗਾ ਇਹਦੇ ਵਿੱਚ ਕਲਿੱਕ ਕਰ ਦੇਣਾ ਹੈ। ਉੱਥੋਂ ਅਲਟਰਨੇਟ ਮੋਬਾਈਲ ਨੰਬਰ ਫਿਲ ਕਰਨਾ ਚਾਹੋ ਕਰ ਸਕਦੇ ਹੋ, ਮੈਂਡੇਟਰੀ ਨਹੀਂ ਹੈ। ਆਈਡੀ ਪਰੂਫ ਜੋ ਵੀ ਤੁਹਾਡਾ ਰਹੇਗਾ, ਆਧਾਰ ਕਾਰਡ ਰਹੇਗਾ, ਉਹਦੇ ਵਿੱਚ ਤੁਸੀਂ ਆਧਾਰ ਕਾਰਡ ਨੰਬਰ ਇੱਥੇ ਫਿਲ ਕਰ ਦੇਣਾ ਹੈ। ਬਹੁਤ ਹੀ ਕੇਅਰਫੁਲੀ ਤਰੀਕੇ ਦੇ ਨਾਲ ਇਹ ਤੁਸੀਂ ਫਾਰਮ ਫਿਲ ਕਰਨਾ ਹੈ। ਉਸ ਤੋਂ ਬਾਅਦ ਤੁਹਾਨੂੰ ਨੈਸ਼ਨੈਲਿਟੀ ਪੁੱਛਣਗੇ, ਇੱਥੇ ਤੁਸੀਂ ਇੰਡੀਅਨ ਲਿਖ ਸਕਦੇ ਹੋ, ਕਿਉਂਕਿ ਮੈਂ ਇਹ ਤੁਹਾਨੂੰ ਇਸ ਕਰਕੇ ਵੀਡੀਓ ਬਣਾ ਰਿਹਾ ਕਿਉਂਕਿ ਸਟੂਡੈਂਟ ਜਦੋਂ ਫਾਰਮ ਫਿਲ ਕਰਨਗੇ ਉਹਨਾਂ ਨੂੰ ਦਿੱਕਤ ਨਾ ਆਵੇ। ਉਸ ਤੋਂ ਬਾਅਦ ਤੁਹਾਡੇ ਕੋਲ 10ਵੀਂ ਲੈਵਲ ਜਾਂ 10ਵੀਂ ਕਲਾਸ ਤੱਕ ਹਾਈ ਐਜੂਕੇਸ਼ਨ ਤੱਕ ਤੁਹਾਡੇ ਕੋਲ ਪੰਜਾਬੀ ਸੀ ਤਾਂ ਇਹ ਯੈਸ ਕਰ ਦਿਓ ਕਿ ਪੰਜਾਬੀ ਕੰਪਲਸਰੀ ਦੀ। ਉਸ ਤੋਂ ਬਾਅਦ ਐਜੂਕੇਸ਼ਨ ਕੁਆਲੀਫਿਕੇਸ਼ਨ ਤੁਹਾਡੇ ਤੋਂ ਜੋ ਮੰਗੀ ਹੈ ਉਹ ਤੁਹਾਡੀ ਪੂਰੀ ਹੈ, ਤੁਸੀਂ ਇਹਦੇ ਯੈਸ ਕਰ ਦਿਓ, ਕਿਉਂਕਿ ਜੇਕਰ ਅਨਕੰਪਲੀਟ ਹੋਈ ਜਾਂ ਤੁਸੀਂ ਐਲੀਜੀਬਲ ਨਹੀਂ ਹੋਵੋਗੇ। ਇਸ ਤੋਂ ਬਾਅਦ ਤੁਹਾਡੀ ਕੰਪਿਊਟਰ ਕੁਆਲੀਫਿਕੇਸ਼ਨ ਹੈ ਜਿਹੜੀ ਇਹਦੇ ਵਿੱਚ ਮੰਗੀ ਹੈ, ਤੁਸੀਂ ਇਹਦੇ ਵਿੱਚ ਯੈਸ ਕਰ ਦੇਣਾ ਹੈ। ਡੋਮਿਸਾਈਲ ਆਫ ਪੰਜਾਬ, ਤੁਸੀਂ ਜੇਕਰ ਤੁਸੀਂ ਪੰਜਾਬ ਦੇ ਵਾਸੀ ਹੋ ਤਾਂ ਇੱਥੇ ਨੂੰ ਕਲਿੱਕ ਕਰ ਦੇਣਾ ਹੈ ਜੈਸ ਤੇ। ਉਸ ਕਰੋਸਪੋਂਡ ਐਡਰੈਸ ਤੁਹਾਡਾ ਜੋ ਵੀ ਰਹੇਗਾ ਇਹਦੇ ਵਿੱਚ ਫਿਲ ਕਰ ਦੇਣਾ ਹੈ। ਬਹੁਤ ਕੇਅਰਫੁਲੀ ਤਰੀਕੇ ਦੇ ਨਾਲ ਤੁਸੀਂ ਇਹਨੂੰ ਫਿਲ ਕਰਦੇ ਜਾਣਾ ਹੈ, ਕੋਈ ਵੀ ਗਲਤੀ ਨਹੀਂ ਕਰਨੀ। ਇਹ ਤੋਂ ਸਿਟੀ ਜੋ ਵੀ ਤੁਹਾਡੀ ਸਿਟੀ ਰਹੇਗੀ, ਜਿਵੇਂ ਉੱਥੇ ਮੈਂ ਵੈਸੇ ਹੀ ਫਿਲ ਕਰ ਰਿਹਾ ਹਾਂ। ਪਿੰਨ ਕੋਡ ਰਹੇਗਾ, ਜਿਸ ਤਰ੍ਹਾਂ ਵੀ ਪਿੰਨ ਕੋਡ ਫਿਲ ਕਰ ਦੇਣਾ। ਸਟੇਟ ਫਿਲ ਕਰ ਦੇਣਾ, ਜੋ ਵੀ ਤੁਹਾਡੀ ਸਟੇਟ ਰਹੇਗੀ, ਜਿਵੇਂ ਮੈਂ ਇੱਥੇ ਪੰਜਾਬ ਕਰਾਂਗਾ। ਡਿਸਟ੍ਰਿਕਟ ਜੋ ਵੀ ਰਹੇਗੀ ਇਹਦੇ ਵਿੱਚ ਡਿਸਟ੍ਰਿਕਟ ਫਿਲ ਕਰਾਂਗਾ। ਇਸ ਤੋਂ ਬਾਅਦ ਤੁਸੀਂ ਇੱਥੇ ਟਿਕ ਬਟਨ ਤੇ ਕਲਿੱਕ ਕਰ ਦੇਣਾ ਜੇਕਰ ਤੁਹਾਡਾ ਪਰਮਾਨੈਂਟ ਐਡਰੈਸ ਤੇ ਕਰੋਸਪੋਂਡੈਂਸ ਐਡਰੈਸ ਆ ਜਿਹੜਾ ਸੇਮ ਰਹੇਗਾ, ਆਪਣੇ ਆਪ ਫਿਲ ਹੋ ਜਾਵੇਗਾ। ਇਸ ਤੋਂ ਅਦਰ ਡਿਟੇਲ ਦੇ ਵਿੱਚ ਦੇਖ ਸਕਦੇ ਹੋ, ਕ੍ਰਿਮੀਨਲ ਕੇਸ ਹੈ ਤੁਹਾਡੇ ਤੇ ਤੁਸੀਂ ਨੋ ਕਰ ਦੇਣਾ, ਨਹੀਂ ਕਰ ਜੇਕਰ ਹੈ ਯੈਸ ਕਰ ਦੇਣਾ। ਇਸ ਤੋਂ ਬਾਅਦ ਤਾਂ ਮੇਨਲੀ ਜੇ ਤੁਹਾਡੇ ਹੈ ਆਲਰੇਡੀ ਤੁਸੀਂ ਗਵਰਨਮੈਂਟ ਇੰਪਲਾਈ ਹੋ, ਯੈਸ ਨੋ ਕਰ ਸਕਦੇ ਹੋ। ਜੋ ਵੀ ਤੁਹਾਡਾ ਰਹੇਗਾ ਇਹਦੇ ਵਿੱਚ ਤੁਸੀਂ ਇਹ ਰਿਲੈਕਸੇਸ਼ਨ ਕਲੇਮ ਕਰਦੇ ਹੋ, ਇੱਥੇ ਯੈਸ ਕਰਦੇ ਹੋ। ਜੇਕਰ ਤੁਸੀਂ ਐਸਸੀ ਕੈਟਾਗਰੀ, ਐਸਟੀ ਜਾਂ ਕਿਸੇ ਵੀ ਕੈਟਾਗਰੀ ਤੋਂ ਬਿਲੋਂਗ ਕਰਦੇ ਹੋ, ਉਸ ਤੋਂ ਬਾਅਦ ਤੁਸੀਂ ਵੀ ਕਿਸੇ ਵੀ ਗਵਰਨਮੈਂਟ ਸਰਵਿਸ ਤੋਂ ਡਿਸਮਿਸ ਹੋ ਚੁੱਕੇ ਹੋ, ਯੈਸ ਕਰ ਸਕਦੇ ਹੋ, ਨਹੀਂ ਫਿਰ ਤੁਸੀਂ ਨੋ ਕਰ ਸਕਦੇ ਹੋ। ਇਸ ਤੋਂ ਬਾਅਦ ਤੁਸੀਂ ਸੇਵ ਕਰ ਦੇਣਾ ਹੈ, ਇੱਥੋਂ ਤੱਕ ਆਪਣਾ ਸਾਰਾ ਜਿਹੜਾ ਫਾਰਮ ਹੋਵੇਗਾ ਕੰਪਲੀਟ ਹੋ ਜਾਵੇਗਾ। ਇਸ ਤੋਂ ਪਹਿਲਾਂ ਜਿਹੜੇ ਆਪਣੇ ਸਾਈਨ ਤੇ ਫੋਟੋ ਅਪਲੋਡ ਕਰਨੀ ਹੈ, ਇੱਥੇ 100 KB ਤੋਂ ਵੱਧ ਨਹੀਂ ਚਾਹੀਦੀ ਪਾਸਪੋਰਟ ਸਾਈਜ਼ ਤੁਹਾਡੀ ਫੋਟੋ। ਉਸ ਤੋਂ ਬਾਅਦ 30 KB ਤੋਂ 50 KB ਤੱਕ ਸਾਈਨ ਰਹਿਣੇ ਨੇ। ਇਹ ਅਪਲੋਡ ਕਰਨ ਤੋਂ ਬਾਅਦ ਆਪਾਂ ਸੇਵ ਕਰਾਂਗੇ ਤੇ ਨੈਕਸਟ ਜਿਹੜਾ ਆਪਣਾ ਸਟੈਪ ਰਹੇਗਾ ਉਸ ਤੇ ਚੱਲਾਂਗੇ। ਇਸ ਤੋਂ ਬਾਅਦ ਇਸ ਤਰ੍ਹਾਂ ਦਾ ਇੰਟਰਫੇਸ ਓਪਨ ਹੋ ਚੁੱਕਿਆ ਹੈ, ਇਹਦੇ ਵਿੱਚ ਦੇਖ ਸਕਦੇ ਹੋ ਤੁਸੀਂ ਆਪਾਂ ਜਿਹੜੀ ਫਿਸ਼ਿੰਗ ਡਿਟੇਲ ਪ੍ਰੋਪਰ ਫਿਲ ਕਰ ਦਿੱਤੀ ਸੀ। ਇਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ 10th ਦੀ ਇਨਫੋਰਮੇਸ਼ਨ ਫਿਲ ਕਰਾਂਗੇ, ਇਸ ਤੋਂ ਪਲੱਸ 2 10th ਤੇ ਫਿਲ ਸਿਲੈਕਟ ਕਰ ਲੈਣਾ ਹੈ। ਉਸ ਤੋਂ ਮਾਰਕਸ ਅਬਟੇਨ, ਜਿੰਨੇ ਵੀ ਤੁਸੀਂ ਮਾਰਕਸ ਅਬਟੇਨ ਕੀਤੇ 10th ਕਲਾਸ ਦੇ ਵਿੱਚ, ਟੋਟਲ ਤੁਹਾਡੇ ਕਿੰਨੇ ਮਾਰਕਸ ਸੀ ਉੱਥੇ ਫਿਲ ਕਰ ਦੇਣਾ, ਤੁਹਾਡੀ ਪਰਸੈਂਟੇਜ ਆ ਜਾਣੀ ਹੈ। ਇਸ ਤੋਂ ਬਾਅਦ ਜਿਹੜਾ ਵੀ ਤੁਹਾਡਾ ਬੋਰਡ ਹੈ, ਜਿਵੇਂ ਮੈਂ ਇੱਥੇ CBSE ਲਿਖਾਂਗਾ, ਪੰਜਾਬ ਬੋਰਡ ਲਿਖ ਸਕਦੇ ਹੋ, ਜਿਸ ਤਰ੍ਹਾਂ ਵੀ ਹੈ। ਤੁਸੀਂ ਕਦੋਂ ਪਾਸ ਆਊਟ ਹੋਈ ਸੀ, ਪਾਸ ਆਊਟ ਇੱਥੇ ਫਿਲ ਕਰ ਦੇਣਾ ਹੈ। ਮੋਡ ਆਫ ਡਿਗਰੀ ਤੁਸੀਂ ਰੈਗੂਲਰ ਕੀਤੀ ਹੈ, ਪ੍ਰਾਈਵੇਟ, ਡਿਸਟੈਂਸ ਐਜੂਕੇਸ਼ਨ ਦੇ ਥਰੂ। ਇਸ ਤੋਂ ਬਾਅਦ ਤੁਸੀਂ ਆਪਣਾ PDF ਅਪਲੋਡ ਕਰਨਾ ਹੈ। ਇਸ ਚੀਜ਼ ਦਾ ਧਿਆਨ ਰੱਖਣਾ ਹੈ ਕਿ ਜਿਹੜੇ ਡਾਕੂਮੈਂਟ ਕਰਨਾ ਹੈ 10th ਦਾ ਹੀ ਕਰਾਂਗੇ ਇੱਥੇ, ਕਿਉਂਕਿ 10th ਦੀ ਸਾਰੀ ਇਨਫੋਰਮੇਸ਼ਨ ਫਿਲ ਕਰ ਰਹੇ ਹਾਂ। ਤਾਂ 10th ਦੀ
फिल करके अपलोड करना पीडीएफ। 2 MB तो ज्यादा पीडीएफ नहीं होना चाहिए। इस तो बाद सेव पे क्लिक करेंगे। सेव पे क्लिक करने तो बाद अपने को जी 10th की क्वालिफिकेशन और प्रॉपर फिल हो गई है। इस तो बाद आप प्लस टू की करेंगे, प्लस टू दे ओके करेंगे, उस तो बाद फिर प्लस टू दे क्लिक करेंगे, उस तो बाद मार्क्स ऑब्टेन किन्ने कीते ने तुसी इत्थे लिख सकदे हो। इस तो टोटल मार्क्स तुहाडे किन्ने ने ये भी इत्थे फिल कर देना है। परसेंटेज अपने आप आ जाएगी। उस तो बाद केड़े बोर्ड तो कीता है तुसी इत्थे लिख सकदे हो, सीबीएसई बोर्ड जी, उस तो पासिंग ईयर तुसी लिख सकदे हो। इत्थे तुसी केड़े मोड दे थ्रू अपने ये कोर्स की प्लस टू प्लस कीती सी, रेगुलर प्राइवेट जिस तरह भी तुसी लिखना चाहो, फिर तुसी अपना पीडीएफ अपलोड कर देना है, उस तो बाद सेव कर देना है। इस तक अपनी सारी इनफॉरमेशन फिल हुई। इस तो बाद ग्रेजुएशन इतने फिल करनी है। ग्रेजुएशन के नाल आप इतने फिल कर सकते हो, ऑब्टेन मार्क्स तुसी फिल करना है, जिन्हें भी थोड़े मार्क्स ने ये फिल कर देने ने, मैक्सिमम मार्क्स थोड़े किन्ने ने ये भी इतने फिल कर देना है। इस तो परसेंटेज थोड़ी अपने आप आ जाएगी। उस तो बाद यूनिवर्सिटी जहाँ तुसी लिख सकते हो, कॉलेज इतने बोर्ड लिख सकते हो, इतने मैं पंजाब यूनिवर्सिटी फिल कराँगा। ਕਦੋਂ ਕੀਤਾ ਸੀ ਪਾਸ ਤੁਸੀਂ ਲਿਖ ਸਕਦੇ ਹੋ, ਕਿਸ ਮੋਡ ਦੇ ਥਰੂ ਤੁਸੀਂ ਲਿਖ ਸਕਦੇ ਹੋ। ਉਸ ਤੋਂ ਬਾਅਦ ਫਿਰ ਤੋਂ ਪੀਡੀਐਫ ਅਪਲੋਡ ਕਰਨਾ ਹੈ ਡਾਕੂਮੈਂਟ ਨੂੰ, ਤੁਸੀਂ ਜਿਹੜਾ ਪੀਏ ਕੀਤੀ ਹੈ, ਬੈਚਲਰ ਕੋਰਸ ਕੀਤਾ ਕੋਈ ਵੀ, ਇੱਥੇ ਅਪਲੋਡ ਕਰ ਦੇਣੇ ਡਾਕੂਮੈਂਟ। ਉਸ ਤੋਂ ਬਾਅਦ ਸੇਵ ਕਰ ਦੇਣਾ ਹੈ। ਸੇਵ ਕਰਨ ਤੋਂ ਬਾਅਦ ਇਸ ਤਰ੍ਹਾਂ ਦਾ ਆਪਣੇ ਕੋਲ ਪ੍ਰੋਪਰ ਹੋ ਗਿਆ ਹੈ। ਜੇਕਰ ਤੁਸੀਂ ਐਡ ਕਰਨਾ ਚਾਹੋ ਤਾਂ ਐਡ ਵੀ ਹੋਰ ਵੀ ਕਰ ਸਕਦੇ ਹੋ, ਨਹੀਂ ਫਿਰ ਤੁਸੀਂ ਟਿਕ ਬਟਨ 'ਤੇ ਕਲਿੱਕ ਕਰਕੇ ਸੇਵ ਕਰ ਸਕਦੇ ਹੋ। ਸਬਮਿਟ ਐਪਲੀਕੇਸ਼ਨ ਫਾਰਮ, ਇਸ ਤੋਂ ਬਾਅਦ ਪੁੱਛਦੇ ਤੁਹਾਨੂੰ ਇੱਕ ਵਾਰ ਹੀ ਸਬਮਿਟ ਹੋਵੇਗਾ, ਇਸ ਤੋਂ ਬਾਅਦ ਤੁਸੀਂ ਐਡਿਟ ਨਹੀਂ ਕਰ ਸਕਦੇ, ਤੁਸੀਂ ਇੱਥੇ ਕਾਪੀ ਕਰ ਦੇਣਾ ਹੈ। ਇਸ ਤੋਂ ਬਾਅਦ ਸਾਰੀ ਇਨਫੋਰਮੇਸ਼ਨ ਇਹਦੇ ਵਿੱਚ ਫਿਲ ਹੋ ਗਈ ਹੈ। ਇਸ ਤੋਂ ਬਾਅਦ ਪੇਮੈਂਟ ਮੋਡ ਰਹਿ ਚੁੱਕਿਆ ਹੈ, ਇਹ ਆਪਾਂ ਕੰਪਲੀਟ ਕਰਾਂਗੇ। ਪੇਮੈਂਟ ਕਿਵੇਂ ਕਰ ਸਕਦੇ ਹਾਂ ਇਹਦੇ ਵਿੱਚ ਦੇਖ ਸਕਦੇ ਹੋ, ਤਾਂ ਪੇਮੈਂਟ ਦਾ ਆਪਸ਼ਨ ਹੈ, ਤੁਸੀਂ ਇਹਦੇ ਵਿੱਚ ਫੀਸ ਆ ਚੁੱਕੀ ਹੈ, ਪ੍ਰੋਪਰ ਡਿਟੇਲ ਕਿੰਨੀ ਫੀਸ ਪੇ ਕਰਨੀ ਹੈ ਉਹ ਵੀ ਧਿਆਨ ਦੇ ਨਾਲ ਦੇਖ ਸਕਦੇ ਹੋ। ਇੱਥੇ ਤੁਹਾਨੂੰ ਫੀਸ ਦਾ ਆਪਸ਼ਨ ਮਿਲ ਰਿਹਾ ਹੈ, ਤੁਸੀਂ ਇੱਥੇ ਫੀਸ ਤੇ ਕਲਿੱਕ ਕਰੋਗੇ। ਫੀਸ ਤੇ ਕਲਿੱਕ ਕਰਨ ਤੋਂ ਬਾਅਦ ਆਪਣੇ ਕੋਲ ਇਸ ਤਰ੍ਹਾਂ ਦਾ ਇੰਟਰਫੇਸ ਆ ਚੁੱਕਿਆ ਹੈ। ਟਿਕ ਬਟਨ ਦੇ ਓਕੇ ਕਰਕੇ ਪ੍ਰੋਸੀਡ ਕਰ ਦੇਣਾ ਹੈ। ਪ੍ਰੋਸੀਡ ਕਰਨ ਤੋਂ ਬਾਅਦ ਆਪਣੇ ਕੋਲ ਡਿਫਰੈਂਟ ਟਾਈਪ ਦੀ ਦੇਖ ਸਕਦੇ ਹੋ ਕਿਸ ਆ ਚੁੱਕੀ ਹੈ, ਕਿਹੜੀ ਤੁਸੀਂ ਫੋਰਸ ਦੇ ਲਈ ਪੇ ਕਰ ਰਹੇ ਹੋ, ਇਸ ਚੀਜ਼ ਦੇ ਨਾਲ ਦੇਖ ਸਕਦੇ ਹੋ। ਜੋ ਵੀ ਤੁਹਾਡੀ ਐਡਵਰਟਾਈਜ਼ਮੈਂਟ ਰਹੇਗੀ ਇਹਦਾ, ਤੁਸੀਂ ਫੀਸ ਪੇ ਕਰ ਸਕਦੇ ਹੋ। ਹਜੇ ਤੱਕ ਇਹਦੇ ਵਿੱਚ ਆਪਸ਼ਨ ਨਹੀਂ ਆਇਆ ਜਿਹੜਾ ਆਪਾਂ ਫਾਰਮ ਫਿਲ ਕਰ ਰਹੇ ਹਾਂ। ਐਕਸਾਈਜ਼ ਐਂਡ ਟੈਕਸੇਸ਼ਨ ਇੰਸਪੈਕਟਰ ਦੀ ਕੋਈ ਵੀ ਇੱਥੇ ਆਪਸ਼ਨ ਨਹੀਂ ਹੈ, ਬਟ ਫਿਰ ਵੀ ਕਿਸੇ ਹੋਰ ਨੂੰ ਆਪਾਂ ਆਪਸ਼ਨ ਲੈ ਕੇ ਚੱਲਦੇ ਹਾਂ। ਐਪਲੀਕੇਸ਼ਨ ਫਿਲ ਕਰ ਦੇਣਾ, ਡੇਟ ਆਫ ਬਰਥ ਉਸ ਸਬਮਿਟ ਕਰ ਦੇਣਾ, ਉਸ ਤੋਂ ਬਾਅਦ ਨੈਕਸਟ ਪ੍ਰੋਸੈਸ ਹੋਵੇਗਾ, ਸਟਾਰਟ ਹੋ ਜਾਵੇਗਾ। ਕਿੰਨੀ ਫੀਸ ਆ ਤੁਹਾਨੂੰ ਦੱਸ ਚੁੱਕਿਆ ਹੈ, ਇਹਦੇ ਵਿੱਚ ₹1000 ਫੀਸ ਪੇ ਕਰਨੇ ਆ। ਜਦੋਂ ਵੀ ਇਹਦਾ ਪੋਰਟਲ ਓਪਨ ਹੋਇਆ ਫੀਸ ਦਾ, ਉਦੋਂ ਜਲਦੀ ਤੁਹਾਨੂੰ ਇਹ ਵੀਡੀਓ ਵੀ ਮਿਲੇਗੀ, ਹਾਊ ਟੂ ਪੇ ਦਿਸ ਫੀਸ, ਤੁਸੀਂ ਆਨਲਾਈਨ ਇਹ ਫੀਸ ਵੀ ਕਿਵੇਂ ਪੇ ਕਰ ਸਕਦੇ ਹੋ। ਤਾਂ ਆਈ ਥਿੰਕ ਤੁਹਾਨੂੰ ਸਾਰਾ ਇਹ ਫਾਰਮ ਪਤਾ ਲੱਗ ਗਿਆ ਹੋਣਾ ਵੀ ਕਿਵੇਂ ਆਪਾਂ ਫਿਲ ਕਰ ਸਕਦੇ ਹਾਂ। ਜੇਕਰ ਹਜੇ ਵੀ ਕਿਸੇ ਸਟੂਡੈਂਟ ਨੂੰ ਜਾਂ ਕੈਂਡੀਡੇਟ ਨੂੰ ਪ੍ਰੋਬਲਮ ਹੈ ਫਿਲ ਕਰਦੇ ਸਮੇਂ, ਜਾਂ ਫਿਲ ਕਰਨ ਵੇਲੇ ਕੀ ਕੀ ਅਪਡੇਟ ਫਿਲ ਕਰਨੀ ਹੈ ਜਾਂ ਕੀ ਇਨਫੋਰਮੇਸ਼ਨ ਫਿਲ ਕਰਾਂਗੇ, ਤਾਂ ਸਾਡੇ ਨਾਲ ਕੰਟੈਕਟ ਕਰ ਸਕਦਾ ਹੈ। ਜੀਵੀ ਸਟੇਸ਼ਨ ਸਾਡਾ ਇੰਸਟਾਗ੍ਰਾਮ ਅਕਾਊਂਟ ਹੈ, ਉੱਤੇ ਸਾਨੂੰ ਮੈਸੇਜ ਕਰ ਸਕਦਾ ਹੈ, ਜਾਂ ਫਿਰ ਟੈਲੀਗ੍ਰਾਮ ਸਾਡਾ ਜੁਆਇਨ ਕਰਕੇ ਉੱਤੇ ਸਾਨੂੰ ਮੈਸੇਜ ਕਰੇ। ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ, ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ, ਤਾਂ ਜੋ ਇਸ ਤਰ੍ਹਾਂ ਦੇ ਅਪਡੇਟ ਤੁਹਾਨੂੰ ਲਗਾਤਾਰ ਇਸ ਚੈਨਲ 'ਤੇ ਮਿਲਦੇ ਰਹਿਣ।